ਉਧਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਆਖਿਆ ਕਿ ਗਿਆਨੀ ਗੁਰਮੁਖ ਸਿੰਘ ਨੇ ਡੇਰਾ ਸਿਰਸਾ ਮੁਖੀ ਦੇ ਮੁਆਫ਼ੀਨਾਮੇ ਨੂੰ ਲੈ ਕੇ ਜੋ ਸਵਾਲ ਉਠਾਏ ਨੇ ਉਹ ਪਹਿਲਾਂ ਹੀ ਚੁੱਕੇ ਜਾਣੇ ਚਾਹੀਦੇ ਸਨ ਤਾਂ ਜੋ ਕੌਮ ਗੁੰਮਰਾਹ ਨਾ ਹੁੰਦੀ। ਹਾਲਾਂਕਿ ਬੰਦ ਕਮਰੇ ਵਿੱਚ ਜਥੇਦਾਰ ਸਾਹਿਬਾਨਾਂ ਦੀ ਇਕੱਤਰਤਾ ਦੀ ਪ੍ਰੋੜਤਾ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਇਕੱਤਰਤਾ ਕਿਤੇ ਵੀ ਕੀਤੀ ਜਾ ਸਕਦੀ ਹੈ। ਭਾਈ ਗੁਰਮੁਖ ਸਿੰਘ ਜੀ ਵੱਲੋਂ ਜਿਹੜੇ ਕੁਝ ਸੌਦਾ ਸਾਹਿਬ ਦੀ ਮਾਫ਼ੀ ਬਾਰੇ ਚਿੱਠੀ ਦੀ ਚਰਚਾ ਕੀਤੀ ਜਾ ਰਹੀ ਹੈ ਕਿ ਸਾਡੇ ਕੋਲ ਸਿਆਸੀ ਦਬਾਅ ਥੱਲੇ ਸਾਨੂੰ ਬੁਲਾਇਆ ਗਿਆ, ਸਾਡੇ ਨਾਲ ਗੱਲਬਾਤ ਕੀਤੀ ਗਈ, ਸਾਨੂੰ ਦਬਾਅ ਥੱਲੇ ਫੈਸਲਾ ਕਰਨ ਦੇ ਲਈ ਮਜਬੂਰ ਕੀਤਾ ਗਿਆ। ਇਸ ਕਰਕੇ ਜਿਹੜੀ ਇਕੱਤਰ 'ਤੇ ਗੱਲ ਕਰ ਰਹੇ ਨੇ ਇਹ ਵਾਕਿਆ ਜੋ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ, ਅਤੇ ਅੱਜ ਉਹ ਗੱਲ ਕਰ ਰਹੇ ਕਿ ਤੱਕ ਜਿਹੜੀਆਂ ਇਕੱਤਰਤਾਵਾਂ ਨੇ ਇਹ ਬੰਦ ਕਮਰੇ ਵਿੱਚ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਬੰਦ ਕਮਰੇ ਸਾਰੀਆਂ ਸਿਆਸੀ ਦਬਾਅ ਥੱਲੇ ਹੁੰਦੀਆਂ ਨੇ, ਇਹਦੇ ਨਾਲ ਪੂਰੀ ਅਸੀਂ ਜਿਹੜੀ ਸਹਿਮਤੀ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ। ਇਹ ਇਕੱਤਰਤਾਵਾਂ ਕਰਨ ਵਾਲਿਆਂ ਦੇ ਉੱਤੇ ਹੈ ਕਿ ਉਹ ਦੋ ਬੰਦੇ ਬੈਠ ਕੇ ਪੰਥ ਦੀ ਗੱਲ ਕਰ ਰਹੇ ਨੇ ਕਿ ਧੜੇ ਦੇ ਨਾਲ ਸਹਿਮਤ ਹੋ ਕੇ ਗੱਲ ਕਰ ਰਹੇ ਨੇ। ਇਸ ਕਰਕੇ ਇਕੱਤਰਤਾਵਾਂ ਤਾਂ ਹੁੰਦੀਆਂ ਇਸ ਤਰ੍ਹਾਂ ਹੀ ਆਈਆਂ ਨੇ, ਵੱਖ ਵੱਖ ਥਾਵਾਂ ਪਹਿਲਾਂ ਅਕਾਲ ਤਖ਼ਤ ਦੇ ਉੱਤੇ ਹੁੰਦੀਆਂ ਸਨ, ਜਦੋਂ ਸਾਧੂ ਸਿੰਘ ਭੋਰਾ ਜੀ ਸਨ, ਗਿਆਨੀ ਕਿਰਪਾਲ ਸਿੰਘ ਜੀ ਸਨ, ਉਹਦੇ ਉੱਥੇ ਹੁੰਦੀਆਂ ਸਨ, ਮੁੜ ਕੇ ਵਾਰ ਫਿਰ ਟੁੱਟ ਗਈ, ਫਿਰ ਅਸੀਂ ਜਿੱਥੇ ਵੀ ਸਮਾਂ ਮਿਲਦਾ ਰਿਹਾ ਅਸੀਂ ਬੈਠ ਕੇ ਗੱਲਬਾਤ ਜਿਹੜੀ ਇਕੱਤਰਤਾਵਾਂ ਕਰਦੇ।